हेलो स्टूडेंट्स, वेलकम बैक टू आवर चैनल। आज हम करेंगे स्पीकिंग द नेक्स्ट क्यू कार्ड, जो कि है डिस्क्राइब अ ब्यूटीफुल सिटी। एक ब्यूटीफुल सिटी, एक ब्यूटीफुल शहर के बारे में जड़ी डिस्क्रिप्शन देनी है। फर्स्ट बुलेट पॉइंट साडा है वेयर द सिटी इज, ए सिटी किथे है। सेकंड बुलेट पॉइंट इज व्हाट इट इज फेमस फॉर, ए जड़ी सिटी है किस चीज लिए मशहूर है। थर्ड, हाउ यू न्यू द सिटी, तुहानू इस शहर के बारे किवें पता लगा। What buildings the city has? केड़ी केड़ी buildings ने इस शहर दे में? And last point is, तो ये दसना है कि तो अनु ये city जड़ी है, वो beautiful, सोनी क्यों लगती है? Okay, let's start with the explanation now. मैं पिछली वीडियो च भी दसिया सी, like अपनी speaking नू असी impressive बनाउण लई एक general line दे सकते हैं। इस cue card दे विच मैं general line की लई है, India is a diverse country. India एक विभिन्न देश है, with different states, जिदे विच बहुत सारे states राज ने, and each state having number of cities, ते हरेक राज दे विच वक्खो वक्खरे जड़े हो शहर ने। नेक्स्ट, हुण मैं अपना फर्स्ट जिहड़ा मैं कह सकदी हां बुलेट पॉइंट आ, ओह मेंशन करना स्टार्ट कीता। हेयर आई लाइक टू टॉक अबाउट अ सिटी नेम्ड पटियाला विच इज लोकेटेड इन नॉर्दर्न स्टेट पंजाब। अज मैं इत्थे एक सिटी पटियाले दे बारे गल करन जाऊंगी, जो कि नॉर्दर्न स्टेट पंजाब दे विच लोकेटेड आ। इट इज आल्सो नोन एज द रॉयल सिटी ऑफ पंजाब, जिन्हों की रॉयल सिटी ऑफ पंजाब के नाम नाल भी जाना जाता है। इट इज वेल नोन फॉर द कल्चरल हैरिटेज, मैग्निफिसेंट लोकेशंस एंड डीप हिस्ट्री। जिहड़ी ये प्लेस या ये शहर या इनू एदे सभ्याचारक विरासत वास्ते जाना जाता वा, ते शानदार जिहड़ियां थावां ते डूंगी जिहड़ा इतिहास आ ओहदे बारे नू जाणिया जांदा वा। हुण असीं आउने आं अपने सेकंड बुलेट पॉइंट ते, जो कि है व्हाट इट इज फेमस फॉर, ये शहर किस चीज़ वास्ते मशहूर आ। ਕਿਵੇਂ ਕਰ ਸਕਦੇ ਆ, ਇਟ ਇਜ਼ ਦ ਸਿਟੀ ਆਫ ਰਾਇਲ ਪੈਲੇਸਿਸ, ਇਹ ਜਿਹੜੀ ਸ਼ਹਿਰ ਆ ਰਾਇਲ ਪੈਲੇਸਿਸ ਦਾ ਸ਼ਹਿਰ ਆ, ਐਂਡ ਇਜ਼ ਰਿਚ ਇਨ ਹੈਂਡੀਕ੍ਰਾਫਟ ਵਰਕਸ। ਹੈਂਡੀਕ੍ਰਾਫਟ ਵਰਕ ਦੇ ਵਿੱਚ ਇਹਦੀ ਜਿਹੜੀ ਆ ਮਹਾਰਤ ਹਾਸਲ ਆ, ਲਾਈਕ ਗੋਟਾ, ਜ਼ਰੀ ਐਂਡ ਪੜਾਂਦਾ ਵਿਚ ਆਰ ਹੇਅਰ ਟਾਈਮ ਕੋਰਸ, ਇਹ ਚੀਜ਼ਾਂ ਵਿੱਚ ਜਿਹੜਾ ਪਟਿਆਲਾ ਵਾ ਉਹਨੂੰ ਮਸ਼ਹੂਰ ਮੰਨਿਆ ਜਾਂਦਾ ਵਾ। ਨਾਓ ਲੈਟਸ ਮੂਵ ਔਨ ਟੂ ਦ ਥਰਡ ਬੁਲੇਟ ਪੁਆਇੰਟ ਵਿਚ ਇਜ਼ ਮਾਈ ਪਟਰਨਲ ਅੰਕਲ ਲਿਵਸ ਇਨ ਦਿਸ ਸਿਟੀ, ਸੋ ਆਈ ਹੈਵ ਵਿਜ਼ਿਟਡ ਦਿਸ ਸਿਟੀ ਮੈਨੀ ਅ ਟਾਈਮਸ। ਹੁਣ ਸਾਡਾ ਥਰਡ ਬੁਲੇਟ ਪੁਆਇੰਟ ਕੀ ਕਹਿ ਰਿਹਾ ਸੀ, ਹਾਊ ਯੂ ਨਿਊ ਅਬਾਊਟ ਦ ਸਿਟੀ, ਤੁਹਾਨੂੰ ਸਿਟੀ ਦੇ ਬਾਰੇ ਕਿਵੇਂ ਪਤਾ ਲੱਗਾ। ਹੁਣ ਇਹਦੇ ਕਿਵੇਂ ਅਸ ਕੀਤਾ, ਮੇਰੇ ਜਿਹੜੇ ਤਾਇਆ ਜੀ ਨੇ ਉਹ ਇਸ ਸ਼ਹਿਰ ਦੇ ਵਿੱਚ ਰਹਿੰਦੇ ਨੇ, ਜਿਸ ਕਰਕੇ ਮੈਂ ਕਈ ਵਾਰ ਇਸ ਸ਼ਹਿਰ ਦੇ ਵਿੱਚ ਜਾ ਚੁੱਕੀ ਹਾਂ। ਅੱਗੋਂ ਦੇਖਦੇ ਹਾਂ, ਆਈ ਗੈਟ ਟੂ ਨੋ ਅਬਾਊਟ ਦ ਫੇਮਸ ਪਲੇਸਿਸ ਐਂਡ ਥਿੰਗਸ ਆਫ ਦਿਸ ਸਿਟੀ ਫਰੋਮ ਮਾਈ ਅੰਕਲ, ਅਤੇ ਇੱਥੋਂ ਦੀਆਂ ਜਿਹੜੀਆਂ ਫੇਮਸ ਪਲੇਸਿਸ ਨੇ ਅਤੇ ਚੀਜ਼ਾਂ ਨੇ ਉਹਦੀ ਜਾਣਕਾਰੀ ਮੈਨੂੰ ਕਿਹਦੇ ਤੋਂ ਮਿਲੀ, ਮੇਰੇ ਤਾਇਆ ਜੀ ਤੋਂ ਹੀ ਮਿਲੀ। ਦੈਨ He used to take me and my family to the various tourist attraction places such as Moti Bagh Palace. ਉਹ ਮੈਨੂੰ ਤੇ ਮੇਰੀ ਫੈਮਲੀ ਨੂੰ ਇਹਦੇ ਵਧੀਆ ਜਿਹੜੀ ਲੋਕੇਸ਼ਨ ਤੇ ਟੂਰਿਸਟ ਅਟਰੈਕਸ਼ਨ ਪਲੇਸਿਸ ਉੱਥੇ ਲੈ ਕੇ ਜਾਂਦੇ ਰਹੇ, ਜਿਵੇਂ ਕਿ ਮੋਤੀ ਬਾਗ ਪੈਲਸ। ਉਸ ਤੋਂ ਇਲਾਵਾ ਮੋਰ ਓਵਰ ਦੇਅਰ ਆਰ ਐਂਪਲ ਆਫ ਮਾਰਕੀਟਸ ਐਂਡ ਸ਼ੋਪਿੰਗ ਮਾਲਸ ਵੇਅਰ ਪੀਪਲ ਕੈਨ ਬਾਈ ਟ੍ਰੈਡੀਸ਼ਨਲ ਪੰਜਾਬੀ ਸੂਟਸ ਐਂਡ ਫੁੱਟਵੇਅਰ ਫੋਰ ਵਾਟ ਇਟ ਇਜ਼ ਫੇਮਸ ਫੋਰ ਇਨ ਦਾ ਹੋਲ ਨੇਸ਼ਨ। ਕਹਿੰਦੇ ਇਸ ਤੋਂ ਇਲਾਵਾ ਇੱਥੇ ਬਹੁਤ ਸਾਰੀਆਂ ਮਾਰਕੀਟਸ ਨੇ, ਸ਼ੋਪਿੰਗ ਮਾਲਸ ਨੇ, ਜਿੱਥੇ ਲੋਕ ਟ੍ਰੈਡੀਸ਼ਨਲ ਪੰਜਾਬੀ ਸੂਟਸ, ਪੰਜਾਬੀ ਜੁੱਤੀਆਂ ਜਾਂ ਫੁੱਟਵੇਅਰ ਖਰੀਦ ਸਕਦੇ ਨੇ, ਜੋ ਕਿ ਪੂਰੇ ਦੁਨੀਆ ਦੇ ਵਿੱਚ ਪਟਿਆਲਾ ਦੀਆਂ ਫੇਮਸ ਨੇ। ਓਕੇ, ਨੈਕਸਟ ਇਜ਼, ਇਫ ਆਈ ਟਾਕ ਅਬਾਊਟ ਦ ਇਨਫਰਾਸਟ੍ਰਕਚਰ ਆਫ ਪਟਿਆਲਾ, ਇਟ ਇਜ਼ ਆਲਸੋ ਵੈਰੀ ਗੁੱਡ ਐਜ ਦੇਅਰ ਆਰ ਆਲ ਕਾਈਂਡ ਆਫ ਫੈਸਿਲਿਟੀਜ਼ ਅਵੇਲੇਬਲ ਸੱਚ ਐਜ ਰੋਡ ਟਰਾਂਸਪੋਰਟ, ਐਂਟਰਟੇਨਮੈਂਟ, ਹੈਲਥ ਐਂਡ ਐਜੂਕੇਸ਼ਨ। ਕਹਿੰਦੇ ਜੇ ਮੈਂ ਪਟਿਆਲਾ ਦੀ ਇਨਫਰਾਸਟ੍ਰਕਚਰ ਦੀ ਗੱਲ ਕਰਾਂ ਤਾਂ ਉਹ ਵੀ ਬਹੁਤ ਵਧੀਆ ਵਾ, ਕਿਉਂਕਿ ਹਰੇਕ ਤਰ੍ਹਾਂ ਦੀ ਇੱਥੇ ਜਿਹੜੀ ਫੈਸਿਲਿਟੀ ਅਵੇਲੇਬਲ ਆ, ਭਾਵੇਂ ਉਹ ਹੈਲਥ ਨਾਲ ਰਿਲੇਟਡ ਹੋਵੇ, ਪੜ੍ਹਾਈ ਨਾਲ ਰਿਲੇਟਡ ਹੋਵੇ, ਐਂਟਰਟੇਨਮੈਂਟ ਸੈਕਟਰ ਨਾਲ ਰਿਲੇਟਡ ਹੋਵੇ, ਜਾਂ ਫਿਰ ਸੜਕਾਂ ਜਾਂ ਪਬਲਿਕ ਟਰਾਂਸਪੋਰਟੇਸ਼ਨ ਨਾਲ ਰਿਲੇਟਡ ਹੋਵੇ। ਹੁਣ ਜਿਹੜਾ ਸਾਡਾ ਲਾਸਟ ਬੁਲੇਟ ਪੁਆਇੰਟ ਆ, ਮੈਂ ਉਹਨੂੰ ਮੈਂਸ਼ਨ ਕਰਨ ਜਾ ਰਹੀ ਹਾਂ, ਲਾਈਕ ਆਈ ਫਾਈਂਡ ਦਿਸ ਸਿਟੀ ਫੈਸੀਨੇਟਿੰਗ ਬਿਕੋਜ਼ ਵਨ ਕੈਨ ਅਵੇਲ ਆਲ ਕਾਈਂਡ ਆਫ ਅਮੈਨਿਟੀਜ਼ ਲਿਵਿੰਗ ਹੇਅਰ। ਮੈਨੂੰ ਇਹ ਸਿਟੀ ਜਿਹੜੀ ਆ ਵਧੀਆ ਲੱਗਦੀ ਹੈ, ਕਿਉਂ ਲੱਗਦੀ ਹੈ, ਕਿਉਂਕਿ ਇੱਥੇ ਕੋਈ ਵੀ ਜਾਣਾ ਲਾਇਕ ਰਹੇਗਾ ਤਾਂ ਹਰੇਕ ਤਰ੍ਹਾਂ ਦੀ ਫੈਸਿਲਿਟੀਜ਼ ਅਮੈਨਿਟੀਜ਼ ਉਹ ਲੈ ਪਾਵੇਗਾ। ਐਂਡ ਫੋਰ ਟੂਰਿਸਟ ਦੇਅਰ ਆਰ ਨੰਬਰ ਆਫ ਪਲੇਸਿਸ ਟੂ ਐਕਸਪਲੋਰ, ਜਿਹੜੇ ਟੂਰਿਸਟ ਨੇ ਉਹਨਾਂ ਵਾਸਤੇ ਵੀ ਵਧੀਆ ਵਾ, ਕਿਉਂਕਿ ਉਹ ਕਈ ਥਾਵਾਂ ਨੂੰ ਐਕਸਪਲੋਰ ਕਰ ਸਕਦੇ ਨੇ, ਐਜ ਵੈਲ ਐਸ ਵੇਰੀਅਸ ਸਟਫਸ ਆਫ ਟ੍ਰੈਡੀਸ਼ਨਲ ਪੰਜਾਬੀ ਵੇਅਰ ਫੋਰ ਵਿਜ਼ਿਟਰਸ। ਅਤੇ ਜਿੰਨੇ ਵੀ ਪਟਿਆਲਾ 'ਚ ਲੋਕ ਵਿਜ਼ਿਟ ਕਰ ਸਕਦੇ ਨੇ, ਉਹਨਾਂ ਲਈ ਇੱਥੇ ਟ੍ਰੈਡੀਸ਼ਨਲ ਜਿਹੜੇ ਆ ਪੰਜਾਬੀ ਵੇਅਰ ਜਿਹੜੇ ਆ ਉਹ ਅਵੇਲੇਬਲ ਨੇ, ਭਾਵੇਂ ਉਹ ਸੂਟਸ ਹੋਣ, ਕੋਈ ਵੀ ਪੰਜਾਬ ਦੇ ਟ੍ਰੈਡੀਸ਼ਨਲ ਰਿਲੇਟਡ ਕੋਈ ਚੀਜ਼ ਹੋਵੇ, ਉਹ ਸਾਰੀਆਂ ਇੱਥੇ ਅਵੇਲੇਬਲ ਨੇ। ਜੇ ਤੁਹਾਨੂੰ ਅੱਛਾ ਲੱਗਾ ਹੋਵੇ ਕੰਟੈਂਟ ਜਾਂ ਸਮਝ ਆਇਆ ਹੋਵੇ, ਪਲੀਜ਼ ਲਾਈਕ ਦ ਵੀਡੀਓ ਐਂਡ ਸਬਸਕ੍ਰਾਈਬ ਆਰ ਚੈਨਲ। ਥੈਂਕ ਯੂ ਸੋ ਮੱਚ।